ਸਿਵਿਆ ਮੈਡੀਕਲ ਸੈਂਟਰ ਦੇ ਯੂਟਿਊਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਕਰੋਨਾ ਦਾ ਟਾਈਮ ਹੈਗਾ, ਕੋਵਿਡ-19 ਦੇ ਕਾਰਨ ਹਾਹਾਕਾਰ ਮਚੀ ਹੋਈ ਹੈਗੀ ਅਤੇ ਇਹ ਜਿਹੇ ਮਾਹੌਲ ਦੇ ਵਿੱਚ ਚੰਗਾ ਹੁੰਦਾ ਹੈਗਾ ਕਿ ਆਪਾਂ ਘਰ ਤੋਂ ਘੱਟ ਨਿਕਲੀਏ। ਕਈ ਵਾਰ ਪੇਸ਼ੈਂਟ ਨੂੰ ਡਾਕਟਰ ਦੀ ਸਲਾਹ ਦੀ ਲੋੜ ਹੁੰਦੀ ਹੈਗੀ, ਲੇਕਿਨ ਇਹ ਜਿਹੇ ਮਾਹੌਲ ਦੇ ਵਿੱਚ ਉਹ ਡਰਦੇ ਹੈਗੇ ਕਿ ਮੈਂ ਕਿਤੇ ਕਲੀਨਿਕ ਗਿਆ ਜਾਂ ਹਸਪਤਾਲ ਗਿਆ, ਕਿਤੇ ਮੈਨੂੰ ਉੱਥੋਂ ਕਰੋਨਾ ਨਾ ਹੋ ਜਾਵੇ। ਹਾਂ, ਇਹ ਬਿਲਕੁਲ ਜਾਇਜ਼ ਗੱਲ ਹੈਗੀ ਅਤੇ ਜਾਣਾ ਵੀ ਨਹੀਂ ਚਾਹੀਦਾ ਜਦ ਤੱਕ ਕਿ ਬਿਲਕੁਲ ਜ਼ਰੂਰਤ ਨਾ ਹੋਵੇ। ਇਹ ਜਿਹੇ ਪੇਸ਼ੈਂਟ ਦੇ ਲਈ ਅਸੀਂ ਟੈਲੀਮੈਡੀਸਨ ਸਰਵਿਸ ਸ਼ੁਰੂ ਕੀਤੀਆਂ ਹੈਗੀਆਂ। ਸਿਵਿਆ ਮੈਡੀਕਲ ਸੈਂਟਰ ਦੀ ਟੈਲੀਮੈਡੀਸਨ ਸਰਵਿਸ ਦੇ ਨਾਲ ਤੁਸੀਂ ਘਰੇ ਬੈਠੇ ਡਾਕਟਰ ਦੀ ਸਲਾਹ ਲੈ ਸਕਦੇ ਹੋ। ਇਹਦੇ ਲਈ ਹੇਠਾਂ ਦਿੱਤੇ ਮੋਬਾਈਲ ਨੰਬਰ 'ਤੇ ਤੁਸੀਂ ਕਾਲ ਕਰੋ, ਜਿਹੜਾ ਵਿਅਕਤੀ ਉਠਾਊਗਾ ਉਹ ਤੁਹਾਨੂੰ ਗਾਈਡ ਕਰੂਗਾ ਅਤੇ ਤੁਹਾਡੀ ਸਹੂਲਤ ਦੇ ਮੁਤਾਬਕ ਇੱਕ ਟਾਈਮ ਦੇ ਦੇਊਗਾ ਕਿ ਜਦੋਂ ਕਿ ਤੁਸੀਂ ਡਾਕਟਰ ਨੂੰ ਕੰਸਲਟ ਕਰ ਸਕਦੇ ਹੋ। ਉਸ ਟਾਈਮ 'ਤੇ ਤੁਹਾਨੂੰ ਇੱਕ ਕਾਲ ਆਊਗੀ, ਤੁਸੀਂ ਉਹ ਕਾਲ ਚੱਕੋ ਅਤੇ ਡਾਕਟਰ ਦੇ ਨਾਲ ਤੁਹਾਡਾ ਸਿੱਧਾ ਸੰਪਰਕ ਹੋਊਗਾ। ਇਹ ਫੋਨ 'ਤੇ ਵੀ ਹੋ ਸਕਦਾ ਹੈਗਾ ਅਤੇ ਵੀਡੀਓ ਕਾਨਫਰੰਸਿੰਗ 'ਤੇ ਵੀ ਹੋ ਸਕਦਾ ਹੈਗਾ। ਉਹਦੇ ਤੁਸੀਂ ਆਪਣੀ ਬਿਮਾਰੀ ਦੱਸੋ, ਡਾਕਟਰ ਤੁਹਾਨੂੰ ਹੋਰ ਸਵਾਲ ਪੁੱਛਣਗੇ ਤਾਂ ਕਿ ਉਹ ਤੁਹਾਨੂੰ ਠੀਕ ਤਰ੍ਹਾਂ ਸਲਾਹ ਦੇ ਸਕਣ। ਇਹਦੇ ਲਈ ਮੈਂ ਡਾਕਟਰ ਸਿਵਿਆ ਹਾਰਟ ਬਲੱਡ ਪ੍ਰੈਸ਼ਰ ਸ਼ੂਗਰ ਵਗੈਰਾ ਪੇਸ਼ੈਂਟ ਨੂੰ ਦੇਖ ਰਿਹਾ ਹੈਗਾ। ਡਾਕਟਰ ਕੀਰਤ ਕੌਰ ਸਿਵਿਆ ਛਾਤੀ ਅਤੇ ਕਰੋਨਾ ਦੇ ਪੇਸ਼ੈਂਟ ਨੂੰ ਸਲਾਹ ਦੇਣਗੇ। ਡਾਕਟਰ ਹਰਪ੍ਰੀਤ ਕੌਰ ਸਿਵਿਆ ਜਨਰਲ ਪੇਸ਼ੈਂਟ ਨੂੰ ਸਲਾਹ ਦੇਣਗੇ ਅਤੇ ਡਾਕਟਰ ਇਲਮਜੋਤ ਸਿਵਿਆ ਫੈਮਿਲੀ ਮੈਡੀਸਨ ਪ੍ਰੈਕਟਿਸ ਕਰਦੇ ਹੈਗੇ ਅਤੇ ਉਹਦੀ ਸਲਾਹ ਦੇਣਗੇ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸੇਵਾ ਦਾ ਪੂਰਾ ਫਾਇਦਾ ਉਠਾਓਗੇ ਅਤੇ ਸਾਨੂੰ ਮੌਕਾ ਦਿਓਗੇ ਸੇਵਾ ਦਾ। ਥੈਂਕ ਯੂ, ਸ਼ੁਕਰੀਆ, ਧੰਨਵਾਦ। Thanks for watching. Please like, comment, subscribe and ring bell for notification of latest updates.